ਕਿ ਮਨ ਨਹੀਂ ਬਣਿਆ ਕਿ ਹਾਂ ਕਿ ਜੋਬ ਹੀ ਕਰਾਂ, ਕਿ ਜੋਬ ਦੇ ਵਿੱਚ ਜਾ ਕੇ ਵੀ ਇੱਦਾਂ ਲੱਗਦਾ ਸੀ ਕਰਦੇ ਕੀ ਪਏ ਸੀ, ਇਹ ਸਾਡਾ ਫਿਊਚਰ ਨਹੀਂ ਸੀਗਾ। ਸਟਾਰਟਿੰਗ 'ਤੇ ਸੀਗਾ ਚਾਹ ਕਿ ਆਪਾਂ ਆਪਣਾ ਬਿਜ਼ਨਸ ਕਰਾਂਗੇ ਭਾਵੇਂ ਛੋਟੇ ਲੈਵਲ ਤੋਂ ਕਰੀਏ। ਉਹਨਾਂ ਨੇ ਦੱਸਿਆ ਬਾਹਰ ਦੇ ਹਾਲ ਕਿ ਬਾਹਰ ਵੀ ਇੰਨਾ ਕੁਝ ਹੈ ਨਹੀਂ, ਪੈਸਾ ਵੇਸਟ ਹੈ ਉਹਨਾਂ ਦੇ ਹਿਸਾਬ ਨਾਲ, ਕਿ ਉਹ ਵੀ ਲਾ ਕੇ ਗਏ ਪੈਸਾ ਹਾਲੇ ਤੱਕ ਵਟੇ ਨਹੀਂ ਸਹੀ ਤਰੀਕੇ ਨਾਲ। ਆਪਣਾ ਵੀ ਚਾਹ ਸੀਗਾ ਕਿ ਬਾਹਰ ਜਾਈਏ, ਬਾਹਰ ਦਾ ਮਾਹੌਲ ਦੇਖੀਏ, ਉੱਧਰ ਵੀ ਚਲੋ ਵਧੀਆ ਨੇ ਲੋਕ, ਪਰ ਆਪਾਂ ਕਿ ਆਪਣਾ ਇੰਡੀਆ ਹੀ ਆਪਾਂ ਦੇਖਦੇ ਸਭ ਤੋਂ ਪਹਿਲਾਂ, ਕਿ ਹਾਂ ਇੱਥੇ ਕੰਮ ਕੁੰਮ ਸੈੱਟ ਕਰਕੇ ਫਿਰ ਉੱਧਰ ਬਾਹਰ ਘੁੰਮਣ ਜਾਵਾਂਗੇ, ਹੋਰ ਕੋਈ ਗੱਲ ਨਹੀਂ। ਮਨ ਵਿੱਚ ਜੇਕਰ ਕੁਝ ਕਰਨ ਦਾ ਚਾਹ ਹੋਵੇ ਤਾਂ ਉਹ ਕਿਤੇ ਵੀ ਰਹਿ ਕੇ ਪੂਰਾ ਕੀਤਾ ਜਾ ਸਕਦਾ ਹੈ। ਕੁਝ ਇਸੇ ਤਰ੍ਹਾਂ ਦੀ ਹੀ ਇਹਨਾਂ ਦੋਹਾਂ ਦੋਸਤਾਂ ਦੀ ਗੱਲ ਹੈ ਜਿਨ੍ਹਾਂ ਨੇ ਮਾਸਟਰਸ ਡਿਗਰੀ ਤੇ ਉਸ ਤੋਂ ਬਾਅਦ ਆਇਲਸ ਕੀਤੀ ਤੇ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਸੀ, ਪਰ ਜਦ ਇਹਨਾਂ ਨੇ ਦੇਖਿਆ ਕਿ ਵਿਦੇਸ਼ਾਂ ਵਿੱਚ ਵੀ ਇੰਨਾ ਹੀ ਸਟਰਗਲ ਹੈ, ਉੱਥੇ ਵੀ ਹਰ ਵੇਲੇ ਮਿਹਨਤ ਕਰਨੀ ਪੈਂਦੀ ਹੈ ਤੇ ਦੂਜਾ ਆਪਣੇ ਮਾਪਿਆਂ ਤੋਂ ਦੂਰ ਰਹਿਣਾ ਪੈਂਦਾ, ਤਾਂ ਇਹਨਾਂ ਨੇ ਆਪਣੇ ਹੀ ਦੇਸ਼ ਵਿੱਚ ਰਹਿ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਤੇ ਇਹਨਾਂ ਨੇ ਇੱਕ ਸਟਾਲ ਸ਼ੁਰੂ ਕੀਤਾ ਜਿਸ ਵਿੱਚ ਇਹ ਮੋਮੋਸ ਤੋਂ ਇਲਾਵਾ ਹੋਰ ਸਨੈਕਸ ਸਰਵ ਕਰਦੇ ਸੀ। ਅੱਜ ਇਹ ਆਪਣਾ ਕਾਰੋਬਾਰ ਸੈੱਟ ਕਰ ਚੁੱਕੇ ਨੇ ਤੇ ਹੁਣ ਕਹਿੰਦੇ ਨੇ ਕਿ ਅਸੀਂ ਵਿਦੇਸ਼ ਜ਼ਰੂਰ ਜਾਣਾ ਚਾਹੁੰਦੇ ਹਾਂ ਪਰ ਘੁੰਮਣ ਵਾਸਤੇ। ਦੀਪਕ ਸੈਣੀ ਨਾਮ ਮੇਰਾ ਜੀ। ਰੇਹੜੀ ਲਾਈ ਆ ਤੁਸੀਂ, ਕੀ ਸੋਚ ਕੇ ਕੀ ਸੋਚਿਆ ਰੇਹੜੀ ਲਾਈ ਨੂੰ, ਯੰਗ ਉਮਰ ਕਿੰਨੇ ਪੜ੍ਹਾਈ ਕੀਤੀ? ਭਾਅ ਜੀ ਮੈਂ MA ਕੀਤੀ ਹੋਈ ਹੈ ਤੇ 2 ਸਾਲ ਮੈਂ ਜੋਬ ਵੀ ਕੀਤੀ ਰੈਸਟੋਰੈਂਟ 'ਤੇ, ਪਰ ਜੋਬ ਕਰਕੇ ਮਤਲਬ ਕਿ ਮਨ ਨਹੀਂ ਬਣਿਆ ਕਿ ਹਾਂ ਕਿ ਜੋਬ ਹੀ ਕਰਾਂ, ਕਿ ਜੋਬ ਦੇ ਵਿੱਚ ਜਾ ਕੇ ਵੀ ਇੱਦਾਂ ਲੱਗਦਾ ਸੀ ਕਰਦੇ ਕੀ ਪਏ ਸੀ, ਇਹ ਸਾਡਾ ਫਿਊਚਰ ਨਹੀਂ ਸੀਗਾ। ਸਟਾਰਟਿੰਗ 'ਤੇ ਸੀਗਾ ਚਾਹ ਕਿ ਆਪਾਂ ਆਪਣਾ ਬਿਜ਼ਨਸ ਕਰਾਂਗੇ ਭਾਵੇਂ ਛੋਟੇ ਲੈਵਲ ਤੋਂ ਕਰੀਏ, ਅਤੇ ਇਸ ਕਰਕੇ ਫਿਰ ਸਾਡਾ ਵਿਚਾਰ ਆਇਆ ਕਿ ਮੋਮੋਜ਼ ਦਾ ਕੰਮ ਕਰੀਏ, ਅਤੇ ਮੈਂ ਅਤੇ ਮੇਰਾ ਦੋਸਤ ਹੈ ਸੰਦੀਪ, ਅਤੇ ਅਸੀਂ ਦੋਨਾਂ ਨੇ ਫਿਰ ਮਿਲ ਕੇ ਕੰਮ ਸਟਾਰਟ ਕੀਤਾ। ਅਤੇ ਮੈਂ MA ਕੀਤੀ ਭਾਅ ਜੀ, MA ਇੰਗਲਿਸ਼। ਬੱਚੇ ਪੜ੍ਹ ਕੇ BA MA ਕਰਕੇ ਬਾਹਰ ਚਲੇ ਜਾਂਦੇ, ਫੋਰਨ ਜਾਣ ਦੀ ਹੁੰਦਾ ਸ਼ੌਕ ਹੁੰਦਾ ਬੱਚਿਆਂ ਨੂੰ, ਤੁਹਾਡਾ ਕੀ ਡ੍ਰੀਮ ਸੀਗਾ, ਕੀ ਸੋਚਿਆ ਜੀ ਜਾਣਾ ਬਾਹਰ ਜਾਣਾ? ਭਾਅ ਜੀ ਮੇਰਾ ਵੀ ਸੀਗਾ ਕਿ ਹਾਂ ਮੈਂ ਵੀ ਬਾਹਰ ਜਾਵਾਂ, ਇੱਦਾਂ ਦੀ ਕੋਈ ਗੱਲ ਨਹੀਂ, ਮੈਲਸ ਵੀ ਕਰਨ ਲੱਗਿਆ ਸੀਗਾ, ਅਤੇ ਬਾਅਦ 'ਚੋਂ ਫਿਰ ਦੋਸਤਾਂ ਨਾਲ ਗੱਲ ਹੋਈ, ਉੱਧਰ ਜਿਹੜੇ ਦੋਸਤ ਬਾਹਰ ਨੇ ਮੇਰੇ, 2-3 ਦੋਸਤ ਬਾਹਰ ਨੇ, ਅਤੇ ਉਹਨਾਂ ਨੇ ਦੱਸਿਆ ਬਾਹਰ ਦੇ ਹਾਲ ਕਿ ਬਾਹਰ ਵੀ ਇੰਨਾ ਕੁਝ ਹੈ ਨਹੀਂ, ਪੈਸਾ ਵੇਸਟ ਹੈ ਉਹਨਾਂ ਦੇ ਹਿਸਾਬ ਨਾਲ, ਕਿ ਉਹ ਵੀ ਲਾ ਕੇ ਗਏ ਪੈਸਾ ਹਾਲੇ ਤੱਕ ਵਟੇ ਨਹੀਂ ਸਹੀ ਤਰੀਕੇ ਨਾਲ, ਹਾਂਜੀ ਲੱਖਾਂ ਰੁਪਈਆ ਲਾ ਕੇ ਗਏ ਹੋਏ ਆ। ਕਹਿੰਦੇ ਉਹਨਾਂ ਨੇ ਮੈਨੂੰ ਸਮਝਾਇਆ ਕਿ ਜਿੰਨੇ ਪੈਸੇ ਤੇਰੇ ਕੋਲ ਹੈਗੇ ਆ ਤੂੰ ਆਪਣੇ ਇੱਥੇ ਕੰਮ ਖੋਲ੍ਹ ਲਾ, ਇੱਕ ਤਾਂ ਘਰਦਿਆਂ ਕੋਲ ਰਹੇਗਾ, ਉਦੋਂ ਕੋਈ ਟੈਨਸ਼ਨ ਨਹੀਂ ਹੋਏਗੀ, ਅਤੇ ਇਸੇ ਕਰਕੇ ਫਿਰ ਆਪਾਂ ਪਲਾਨ ਡਰੋਪ ਕਰਤਾ ਬਾਹਰ ਦਾ। ਨਹੀਂ ਤਾਂ ਆਪਣਾ ਵੀ ਚਾਹ ਸੀਗਾ ਕਿ ਬਾਹਰ ਜਾਈਏ, ਬਾਹਰ ਦਾ ਮਾਹੌਲ ਦੇਖੀਏ, ਉੱਧਰ ਵੀ ਚਲੋ ਵਧੀਆ ਨੇ ਲੋਕ, ਪਰ ਆਪਾਂ ਕਿ ਆਪਣਾ ਇੰਡੀਆ ਹੀ ਆਪਾਂ ਦੇਖਦੇ ਸਭ ਤੋਂ ਪਹਿਲਾਂ, ਕਿ ਹਾਂ ਇੱਥੇ ਕੰਮ ਕੁੰਮ ਸੈੱਟ ਕਰਕੇ ਫਿਰ ਉੱਧਰ ਬਾਹਰ ਘੁੰਮਣ ਜਾਵਾਂਗੇ, ਹੋਰ ਕੋਈ ਗੱਲ ਨਹੀਂ। ਹਾਂਜੀ ਹਾਂਜੀ, ਫਿਰ ਇੱਕ ਵਾਰੀ ਆਪਣਾ ਕੰਮ ਸੈੱਟ ਹੋ ਗਿਆ ਫਿਰ ਆਪਾਂ ਬਾਹਰ ਚਲੀ ਜਾਵਾਂਗੇ ਘੁੰਮਣ ਫਿਰਨ, ਕਿ ਹਾਂ ਟਰੈਵਲਰ ਦਾ ਸ਼ੌਕ ਹੈ ਸਾਨੂੰ, ਆਪਾਂ ਘੁੰਮਦੇ ਰਹਿੰਦੇ ਹਾਂ ਵੈਸੇ ਤਾਂ। ਹਾਂਜੀ ਘੁੰਮ ਭਾਅ ਜੀ, ਇੱਕ ਤਾਂ ਪਹਿਲਾਂ ਮੈਂ ਮਾਰਕੀਟ 'ਤੇ ਦੇਖਿਆ ਅਤੇ ਅੱਗੇ ਔਡਰ ਲੈ ਲਈ, ਅਤੇ ਆਪਾਂ ਮਾਰਕੀਟ 'ਤੇ ਦੇਖਿਆ ਕਿ ਮੋਮੋਸ ਹੀ ਜ਼ਿਆਦਾ ਟ੍ਰੈਂਡਿੰਗ 'ਤੇ ਸੀਗੇ, ਕੋਈ ਕਿਵੇਂ ਦੇ ਮੋਮੋਸ ਲਿਆ ਰਿਹਾ, ਕੋਈ ਕਿਵੇਂ ਦੇ ਲਿਆ ਰਿਹਾ ਹੈਗਾ ਵਾ, ਕੋਈ ਮਤਲਬ ਸਾਰਾ ਦਾ ਆਪਣਾ ਆਪਣਾ ਤਰੀਕਾ ਹੈਗਾ, ਆਪਣਾ ਵੱਖਰਾ ਵੱਖਰਾ, ਸਾਡਾ ਆਪਣਾ ਹੈਗਾ ਅਸੀਂ ਆਪ ਬਣਾਉਂਦੇ ਹਾਂ ਪਹਿਲੀ ਗੱਲ ਤਾਂ, ਅਤੇ ਆਪਾਂ ਸਾਫ਼ ਸਫਾਈ ਨਾਲ ਬਣਾਉਂਦੇ ਪਹਿਲਾਂ ਤਾਂ, ਨਾਲੇ ਵੈਸ਼ ਨੂੰ ਅਸੀਂ ਵੈੱਜ ਹੀ ਰੱਖਿਆ ਸਟੋਕ ਸਾਰਾ।
ਮੈਂ ਕਰਦਾ ਜੀ ਜਿੱਦਾਂ ਘਰਦੇ ਕਰਦੇ ਸਪੋਰਟ ਥੋੜ੍ਹੀ ਜਿਹੀ, ਉਹ ਮੇਰਾ ਦੋਸਤ ਆ ਉਹ ਵੀ ਕਰਦਾ ਹੈਗਾ ਕਿ ਹਾਂ ਹੈਲਪ ਕਰਦਾ, ਅਤੇ ਸਾਰਾ ਦਿਨ ਅਸੀਂ ਮੋਮੋਸ ਤਿਆਰ ਕਰੀ ਦੇ ਸ਼ਾਮਾਂ ਨੂੰ ਵੇਚਣਾ ਚਾਹੀਦਾ। ਅਸੀਂ 4:30 ਰੈਡੀ ਹੁੰਦੇ ਸਰ, ਅਤੇ 10:10 ਸਾਡਾ ਹੁੰਦਾ ਵਾ ਲਾਸਟ ਆਰਡਰ। ਹਾਂਜੀ 10:00 ਤੱਕ ਭਾਈ ਸਾਡਾ ਸਟੋਕ ਵੀ ਨਿਕਲ ਜਾਂਦੇ ਆ ਅਤੇ ਅਸੀਂ ਵੀ ਚਲੇ ਜਾਂਦੇ ਹਾਂ। ਕਈ ਵਾਰ ਹੁੰਦਾ ਵੱਚ ਜਾਂਦਾ, ਵੈਸੇ ਬਚੇ ਤਾਂ ਬਹੁਤ ਘੱਟ ਚਾਂਸ ਹੈ, ਅਤੇ 10:00 ਤੱਕ ਅਸੀਂ ਫ੍ਰੀ ਹੋ ਜਾਂਦੇ। ਵੈਸੇ ਤਾਂ ਸਾਡੇ ਕੋਲ ਮੋਮੋਜ਼ ਦੀ 3 ਵਰਾਇਟੀਆਂ ਨੇ ਸਰ, ਜਿੱਦਾਂ ਵੈਜ, ਸੋਇਆ ਪਨੀਰ। ਕਿਹਦਾ ਮੋਮੋ ਸਟੇਸ਼ਨ? ਅਤੇ ਹਾਂਜੀ ਹਾਂਜੀ, ਅਤੇ ਇਹ ਵੀ ਦੱਸਦੇ ਤੁਹਾਨੂੰ, ਅਸੀਂ ਇੱਦਾਂ ਹੀ ਪਹਿਲਾਂ ਬੜਾ ਸੋਚਿਆ ਨਾਮ ਵਗੈਰਾ ਕਿ ਮੋਮੋਜ਼ ਕਿੱਦਾਂ ਲਿਖੀਏ। ਅਸੀਂ ਨੈੱਟ 'ਤੇ ਦੇਖਦੇ ਸੀਗੇ ਸਾਰੇ, ਤਾਂ ਪਹਿਲਾਂ ਹੀ ਨਾਂ ਰਜਿਸਟਰਡ ਸੀਗੇ ਕਿ ਹਾਂ। ਫਿਰ ਇੱਕ ਦਿਨ ਅਸੀਂ ਇੱਦਾਂ ਨਾ, ਮੇਰੇ ਨਾ ਰੈਸਟੋਰੈਂਟ ਦਾ ਸੀਗਾ ਕੁਛ, ਸਕਰੋਲ ਕਰਦੇ ਪਏ ਸੀਗੇ, ਉੱਥੋਂ ਲਿਖਿਆ ਸੀ ਪੀਜ਼ਾ ਸਟੇਸ਼ਨ ਕਿ ਹਾਂ, ਉਹ PDF 'ਤੇ ਪੀਜ਼ਾ ਸਟੇਸ਼ਨ ਲਿਖਿਆ ਸੀਗਾ, ਅਤੇ ਅਸੀਂ ਉੱਥੇ ਹੀ ਬਸ ਨਾਮ ਚੱਕ ਲਿਆ ਮੋਮੋ ਸਟੇਸ਼ਨ ਆਪਣਾ। ਪਹਿਲਾਂ ਹੀ ਸੋਚਦੇ ਸੀ ਕਦੇ ਕੁਛ ਨਾਮ ਕਦੇ ਕੁਛ ਨਾ, ਅਤੇ ਫਿਰ ਸਾਨੂੰ ਇਹੀ ਚੰਗਾ ਲੱਗਿਆ, ਆਪਾਂ ਇਹੀ ਰੱਖਤਾ। ਨਹੀਂ ਹੁਣ ਪੜ੍ਹਾਈ ਖਤਮ ਹੋ ਗਈ ਵੀਰੇ, ਹੁਣ ਅਗਲੇ ਸਾਲ ਤੋਂ ਕਰਾਂਗੇ ਸਟਾਰਟ MBA ਜੇ ਹੋਇਆ ਤਾਂ। ਹਾਂਜੀ ਅਗਲੇ ਸਾਲ ਤੋਂ ਕਰਾਂਗੇ ਸਟਾਰਟ MBA, ਵੈਸੇ ਤਾਂ ਪੜ੍ਹਾਈ ਖਤਮ ਕਰ ਦਿੱਤੀ ਹੋਈ ਹੈ। ਅਤੇ ਵਧੀਆ ਲੱਗਦਾ ਆਪਣਾ ਖੋਲ੍ਹਿਆ ਇਸਦੀ, ਆਪਣਾ ਬਿਜ਼ਨਸ ਕਰ ਰਹੇ ਹੋ ਇੰਨਾ ਛੋਟੀ ਉਮਰ ਦੇ ਵਿੱਚ? ਹਾਂਜੀ ਹਾਂਜੀ ਭਾਈ, ਬਹੁਤ ਖੁਸ਼ੀ ਹੈ, ਜੋਬ ਨਾਲੋਂ ਬਹੁਤ ਵਧੀਆ ਖੁਸ਼ੀ ਹੈ ਇੱਥੇ। ਅੱਛਾ ਜੀ। ਹਾਂ ਜੋਬ 'ਤੇ ਸੀਗਾ, ਚਲੋ ਸਟਾਰਟਿੰਗ 'ਤੇ ਜਿਹੜੇ ਜੋਬ ਕਰਦੇ ਆ ਚਾਹ ਹੁੰਦਾ ਸਾਰਿਆਂ ਨੂੰ ਹੁੰਦਾ, ਅਤੇ ਬਾਅਦ 'ਚੋਂ ਆਪਣਾ ਵੀ ਫਿਰ ਯਾਰ ਚਾਹ ਜਿਹਾ ਹੀ ਮਾਰ ਗਿਆ ਕਿ ਜੋਬ ਕਰ ਕਰਕੇ ਪਰੇਸ਼ਾਨ। ਜਿੱਦਾਂ ਨਾ ਜੋਬ ਚਲੋ ਸਹੀ ਸੀਗਾ, ਮੈਂ ਸੈਲਰੀ ਵਧੀਆ ਲੈਂਦਾ ਰਿਹਾ, 25-28 ਲੈਂਦਾ ਰਿਹਾ ਮੈਂ, ਅਤੇ ਪਰ ਇੱਕ ਖੁਸ਼ੀ ਨਹੀਂ ਸੀ ਅੰਦਰੋਂ। ਅਤੇ ਹੁਣ ਆਪਣਾ ਕੰਮ ਕਰਦੇ ਹਾਂ, ਖੁਸ਼ੀ ਹੈ ਕਿ ਸਾਨੂੰ ਪਤਾ ਇਹ 'ਚ ਅਸੀਂ ਇਹ 'ਚ ਆਪਾਂ ਗਰੋਥ ਕਰ ਲੈਣੀ ਹੈਗੀ ਆ, ਪਤਾ ਸਾਨੂੰ ਕਿ ਹਾਂ। ਹਲੇ ਡਰੀਮ ਹੈਗਾ ਭਾਅ ਜੀ ਇਹੀ ਕੰਮ ਵਧਾਉਣਾ ਆਪਾਂ, ਹਲੇ ਮੋਮੋ ਸਟੇਸ਼ਨ ਹੈਗਾ ਜਿਹੜਾ, ਆਪਾਂ ਇਹ ਨਹੀਂ ਵਧਾ ਦੇਣਾ ਅੱਗੇ, ਜਿੱਦਾਂ ਹੋਰ। ਹਾਂਜੀ ਹਾਂਜੀ, ਹੋਰ ਵੀ ਕੰਪਨੀਆਂ ਨੇ ਜਿੱਦਾਂ ਕਾਫੀ ਨੇ ਵਧੇ ਹੋਏ ਨੇ, ਲੋ ਲੈਵਲ 'ਤੇ ਸਟਾਰਟ ਕੀਤਾ ਉਹਨਾਂ ਨੇ, ਅਤੇ ਆਪਾਂ ਸੋਚਿਆ ਕਿ ਇਹੀ ਵਧਾ ਦੇਣਾ ਹੁਣ, ਬਸ ਬਾਬਾ ਜੀ ਦੀ ਕਿਰਪਾ ਰਹੀ ਤਾਂ ਆਪਾਂ ਇਹੀ ਵਧਾ ਦੇਣਾ। ਲੋਕਾਂ ਨੂੰ ਕੀ, ਆਪਣੇ ਦੋਸਤ ਹੀ ਬਹੁਤ ਹੈ ਜੀ, ਉਹਨਾਂ ਨੂੰ ਦੇਵਾਂਗੇ ਜੇ, ਉਸ ਤੋਂ ਬਾਅਦ ਫਿਰ ਸੋਚਾਂਗੇ ਅੱਗੇ, ਪਹਿਲਾਂ ਆਪਣੇ ਦੋਸਤ ਸੈੱਟ ਕਰਾਂਗੇ ਕਿ ਹਾਂ ਜਿੰਨੇ ਹੈਗੇ ਨੇ, ਕਿ ਨੌਕਰੀਆਂ ਵਾਲਿਆਂ ਨੂੰ ਆਪਣਾ ਕੰਮ ਦੇ ਦੇਣਾ ਸਾਰਿਆਂ ਨੂੰ। ਹਾਂਜੀ, ਅਤੇ ਹੁਣ ਇਹ ਮੇਰਾ ਦੋਸਤ ਹੈ, ਇਹ ਆਪਾਂ ਇਕੱਠੇ ਨੇ ਕੀਤਾ ਸਟਾਰਟ, ਆ ਬਾਈ ਨੂੰ ਵੀ ਆਪਾਂ ਸੈੱਟ ਕਰ ਦੇਣਾ, ਕਿਉਂਕਿ ਇੱਧਰ ਦੋ ਬੰਦੇ ਤਾਂ ਨਹੀਂ, ਦੂਸਰਾ ਕਾਊਂਟਰ ਹੈ, ਬਾਈ ਨੂੰ ਲਾ ਦੇਣਾ ਉੱਥੇ ਕਿਤੇ ਹੋਰ। ਅਸੀਂ 3 ਜਿੱਦਾਂ ਵੈਜ, ਸੋਇਆ ਪਨੀਰ, ਇਹ ਤਾਂ ਸਟੀਮ 'ਚ ਹੈਗਾ, ਅਤੇ ਸੇਮ ਹੀ ਸਾਡੇ ਕੁਰਕਰੇ ਮੋਮੋਸ ਹੈਗੇ ਆ, ਉਹ ਸਾਡੇ ਜ਼ਿਆਦਾ ਫੇਮਸ ਆ ਮਾਰਕੀਟ ਤੋਂ ਜਸ। ਇੱਕ ਤਾਂ ਸਾਡਾ ਆਪਾਂ ਆਪਣਾ ਬੈਟਲ ਤਿਆਰ ਕੀਤਾ ਆ, ਅਤੇ ਉਹ ਫਿਰ ਉਹਦੇ 'ਚ ਗਾਰਨਿਸ਼ ਕਰਕੇ ਫਿਰ ਉਹਨੂੰ ਬ੍ਰੈਡ ਕਰਮ ਦੇ ਵਿੱਚ ਲਾ ਕੇ ਫਿਰ ਉਹ ਫਰਾਈ ਹੋ ਜਾਂਦਾ, ਉਹ ਖਾਣ 'ਤੇ ਕਰੰਚੀਨੈਸ ਆਉਂਦੀ, ਹੋਰ ਕੁਛ ਨਹੀਂ, ਬਸ ਉਹੀ ਲੋਕਾਂ ਨੂੰ ਪਸੰਦ ਹੈ ਜ਼ਿਆਦਾ ਪੰਜਾਬ 'ਤੇ ਚੱਲ। ਹਾਂਜੀ, ਸਪੈਸ਼ਲੀ ਸ਼ੇ ਕੁਰਕਰੇ ਮੋਮੋਜ਼ ਹੀ ਹੈ ਸਾਡੇ। ਭਾਈ ਚੱਕਿਆ ਆਪ ਉਪ ਤਾਂ ਨਹੀਂ, ਇਹ ਆਪਾਂ ਰੈਸਟੋਰੈਂਟ 'ਤੇ ਦੇਖਿਆ ਸੀ ਸਾਰਾ, ਕਿ ਇਹ ਮਹਿੰਗੀ ਆਈਟਮਾਂ ਨੇ ਰੈਸਟੋਰੈਂਟ 'ਤੇ ਜੋ ਜ਼ਿਆਦਾਤਰ ਮਿਲਦੀਆਂ ਨੇ, ਅਤੇ ਆਪਾਂ ਉੱਥੇ ਦੇਖਿਆ ਸੀਗਾ ਜੋ ਮਹਿੰਗੀ ਆਈਟਮਾਂ ਰੈਸਟੋਰੈਂਟ ਮਿਲਦੀਆਂ ਤੁਸੀਂ ਰੋਡ 'ਤੇ ਅੱਜ। ਹਾਂਜੀ ਉਹ ਖਵਾ ਰਹੇ ਹੁਣ, ਸਪਰਿੰਗ ਰੋਲ ਹੈ ਸਾਡੇ ਸਰ, ਉਹ ਵੀ ਆਪਾਂ ਰੱਖੇ ਵਧੀਆ ਕੁਆਲਿਟੀ 'ਚ ਹੈਗੇ ਸਾਡੇ, ਕਿ ਉਹ ਵੀ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਪਏ ਇਸ ਕਰਕੇ। ਕੀ ਨਾਮ ਆ ਭਾਈ? ਵੀਰੇ ਮੇਰਾ ਨਾਮ ਸੰਦੀਪ ਆ। ਕੀ
ਪੜ੍ਹਾਈ ਵੀਰੇ ਮੈਂ ਬੀ ਏ ਕੀਤੀ ਹੋਈ ਹੈ ਅਤੇ ਅੱਗੇ ਪੀ ਜੀ ਡੀ ਸੀ ਏ ਵੀ ਕੀਤੀ ਹੈ, ਅੱਗੇ ਹੁਣ ਅਗਲੇ ਪੜ੍ਹਾਈ ਕੰਟੀਨਿਊ ਕਰਨੀ ਆ ਇੱਕ ਅਗਲੇ ਸਾਲ ਤੱਕ ਅਤੇ ਹਾਂਜੀ। ਕਿਵੇਂ ਸੋਚਿਆ ਤੁਸੀਂ, ਕਿਵੇਂ ਤੁਹਾਡੇ ਦੋਸਤ ਨਾਲ ਤੁਸੀਂ ਆਏ ਹੋ, ਵੀਰੇ ਮੈਂ ਤਾਂ ਹਾਲੇ ਵਿਹਲਾ ਹੀ ਸੀਗਾ ਗ੍ਰੈਜੂਏਸ਼ਨ ਕਰ ਕਰ ਕੇ, ਇਹ ਦੋਸਤ ਵੀ ਵਿਹਲਾ ਹੋ ਗਿਆ ਸੀ, ਇਹਨੇ ਕੰਮ ਛੱਡਤਾ ਸੀ, ਕਹਿੰਦਾ ਆਪਣਾ ਕੰਮ ਸਟਾਰਟ ਕਰਦੇ ਹਾਂ ਹੌਲੀ ਹੌਲੀ ਗਰੋਥ ਕਰਾਂਗੇ। ਮੈਂ ਕਿਹਾ ਚਲੋ ਠੀਕ ਹੈ, ਇਨਵੈਸਟਮੈਂਟ ਕੀਤੀ ਦੋਨਾਂ ਨੇ, ਫਿਰ ਅੱਗੇ ਹੁਣ ਇਕੱਠੀ ਰੋਜ਼ ਆਉਂਦੇ ਹਾਂ ਸ਼ਾਮ ਨੂੰ। ਮੁੰਡੇ ਨੂੰ ਬੜਾ ਨਾ ਸ਼ਾਈ ਫੀਲ ਹੁੰਦਾ ਕਿ ਹਾਂਜੀ ਮੁੰਡੇ ਖੁੰਡੇ ਰੇੜੀ ਲਾ ਕੇ ਖੜੇ ਨੇ, ਤੁਹਾਨੂੰ ਕਿਵੇਂ ਫੀਲ ਹੁੰਦਾ? ਇਹ ਗੱਲ ਤਾਂ ਹੈ ਵੀਰੇ, ਸ਼ੁਰੂ ਸ਼ੁਰੂ ਮੈਂ ਵੀ ਆਇਆ ਸੀ ਨਾ, ਦੋਨੋਂ ਆਏ, ਸਾਨੂੰ ਵੀ ਸ਼ਾਈ ਫੀਲ ਹੋਇਆ ਥੋੜ੍ਹਾ, ਫਿਰ ਮਹੀਨਾ ਹੁੰਦਾ ਗਿਆ ਹੁੰਦਾ ਗਿਆ ਅਤੇ ਹੁਣ ਵਧੀਆ, ਹੁਣ ਕੋਈ ਸ਼ਾਈ ਫੀਲ ਨਹੀਂ ਹੁੰਦਾ, ਸ਼ੁਰੂ ਸ਼ੁਰੂ ਤਾਂ ਹੁੰਦਾ ਸਾਰਿਆਂ ਮੁੰਡਿਆਂ ਨੂੰ। ਹਾਂਜੀ ਹਾਂਜੀ, ਹੁਣ ਠੀਕ ਆ, ਕਸਟਮਰ ਜਿੰਨੇ ਵੀ ਆਉਂਦੇ ਵਧੀਆ ਫਰੈਂਡ ਬਣ ਗਏ, ਅੱਧੇ ਮੁੰਡੇ ਸਾਰੇ ਨੇੜੇ ਤੇੜੇ ਦੇ, ਹੋਰ ਵੀ ਵਧੀਆ ਸਾਰਿਆਂ ਨਾਲ। ਕੀ ਸੁਪਨਾ ਹੈਗਾ ਅਜੇ ਵੀ ਬਾਹਰ ਜਾਣ ਦਾ? ਨਹੀਂ ਹਾਲੇ ਤਾਂ ਨਹੀਂ, ਮੈਂ ਵੀ ਕੀਤੀ ਆ ਆਇਲਸ, ਮੈਂ ਵੀ ਕੀਤੀ ਅਤੇ ਵਿੱਚ ਫਿਰ ਮੈਂ ਛੱਡਤੀ, ਫਿਰ ਇੱਦਾਂ ਹੀ ਕੰਮ ਕੁੰਮ ਬਹੁਤ ਪੈ ਗਏ, ਫਿਰ ਵਿੱਚ ਛੱਡਤੀ, ਫਿਰ ਇਹਨੇ ਕਿਹਾ ਕੰਮ ਸਟਾਰਟ ਕਰਦੇ ਆ, ਫਿਰ ਆਪਾਂ ਦੋਨਾਂ ਨੇ ਬਾਹਰ ਜਾਣ ਦਾ ਸੁਪਨਾ ਸੀਗਾ ਆਇਲਸ ਤਾਂ ਕਰ ਰਹੇ। ਹਾਂਜੀ ਹਾਂਜੀ ਸੀਗਾ, ਮੇਰਾ ਵੀ ਸੀਗਾ, ਪਰ ਹੁਣ ਹੁਣ ਡਰੋਪ ਕਰਤਾ ਹਾਲੇ ਤਾਂ। ਹਾਂਜੀ ਘੁੰਮਣ ਜਾਊਂਗੇ। ਹਾਂਜੀ ਹਾਂਜੀ। ਸੋ ਵਿਦੇਸ਼ ਜਾਣ ਦੇ ਚਾਹਵਾਨ ਇਹਨਾਂ ਦੋਹਾਂ ਨੂੰ ਜ਼ਰੂਰ ਸੁਣਨ ਤੇ ਕੁਝ ਇਹਨਾਂ ਦੇ ਜੀਵਨ ਤੋਂ ਆਪਣੇ ਜੀਵਨ ਵਿੱਚ ਵੀ ਸਿੱਖਿਆ ਲੈਣ। ਲੁਧਿਆਣਾ ਤੋਂ ਰੋਹਿਤ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।